ਹਾਂਜੀ ਸਟੂਡੈਂਟਸ, ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਿੱਖਿਆ PSEB ਦੇ ਉੱਪਰ। ਤੁਹਾਡੇ ਲਈ ਨਵਾਂ ਚੈਨਲ ਸ਼ੁਰੂ ਕੀਤਾ ਗਿਆ, ਇਹਦੇ ਉੱਪਰ ਤੁਹਾਨੂੰ +1 +2 ਦੀ ਹਿਸਟਰੀ ਮਿਲੇਗੀ। ਇਸ ਤੋਂ ਇਲਾਵਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੋਲ ਸਾਇੰਸ ਤੇ ਕੁਝ ਹੋਰ ਵਿਸ਼ੇ ਸ਼ੁਰੂ ਕਰਨ ਜਾ ਰਹੇ ਹਾਂ, ਉਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਅੱਜ ਜਿਹੜਾ ਆਪਾਂ ਲੈਸਨ ਸ਼ੁਰੂ ਕਰਨ ਜਾ ਰਹੇ ਹਾਂ 11th ਕਲਾਸ ਦਾ ਚੌਥਾ ਲੈਸਨ ਹੈ ਮੌਰੀਆ ਵੰਸ਼। ਇਹਦਾ ਅੱਜ ਆਪਾਂ ਪਹਿਲਾ ਭਾਗ ਕਰਾਂਗੇ। ਇਹਨੂੰ ਲੈਸਨ ਨੂੰ ਆਪਾਂ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਅੱਜ ਅਸੀਂ ਸ਼ੁਰੂ ਕਰਦੇ ਹਾਂ ਇਹਦਾ ਪਹਿਲਾ ਪਾਰਟ। ਜੇ ਅਸੀਂ ਗੱਲ ਕਰੀਏ ਮੌਰੀਆ ਵੰਸ਼ ਦੀ ਜਾਂ ਮੌਰੀਆ ਐਮਪਾਇਰ ਦੀ, ਕੁਝ ਬੁੱਕਸ ਦੇ ਵਿੱਚ ਮੌਰੀਆ ਵੰਸ਼ ਲਿਖਿਆ ਹੁੰਦਾ, ਕੁਛ ਦੇ ਵਿੱਚ ਮੌਰੀਆ ਸਾਮਰਾਜ ਲਿਖਿਆ ਹੁੰਦਾ। ਕਨਫਿਊਜ਼ ਨਹੀਂ ਹੋਣਾ, ਇੱਕੋ ਚੀਜ਼ ਹੀ ਹੈ। ਜਿਹੜਾ ਮੌਰੀਆ ਸਾਮਰਾਜ ਸੀ, ਇਹ ਮੌਰੀਆ ਵੰਸ਼ ਨੇ ਸਥਾਪਿਤ ਕੀਤਾ ਸੀ। ਹੁਣ ਇਸ ਵੰਸ਼ ਦੀ ਜੇ ਅਸੀਂ ਗੱਲ ਕਰੀਏ, ਸੰਸਾਰ ਦੇ ਮਹਾਨ ਵੰਸ਼ਾਂ ਦੇ ਵਿੱਚੋਂ ਗਿਣਿਆ ਜਾਂਦਾ। ਭਾਰਤ ਦਾ ਜਿਹੜਾ ਪਹਿਲਾ ਸਾਮਰਾਜ ਸੀ ਮੌਰੀਆ ਸਾਮਰਾਜ ਸੀ। ਜੇ ਤੁਸੀਂ ਇੱਥੇ ਦੇਖੋ ਤੇ ਜਿੰਨਾ ਰੈੱਡ ਕਲਰ ਵਾਲਾ ਏਰੀਆ, ਡਾਰਕ ਰੈੱਡ, ਇਹ ਸਾਰਾ ਜਾਂ ਅਸੀਂ ਮੈਰੂਨ ਕਹਿ ਸਕਦੇ ਹਾਂ, ਇਹ ਮੈਰੂਨ ਵਾਲਾ ਸਾਰਾ ਏਰੀਆ ਜਿਹੜਾ ਮੌਰੀਆ ਸਾਮਰਾਜ ਦੇ ਅਧੀਨ ਆਉਂਦਾ। ਇਹ ਮੌਰੀਆ ਸਾਮਰਾਜ ਦੀ ਸਥਾਪਨਾ ਕਿਸ ਤਰ੍ਹਾਂ ਹੋਈ ਹੈ? ਇਹ ਜਿਹੜੇ ਤੁਸੀਂ ਨਿੱਕੇ ਨਿੱਕੇ ਸਟੇਟਸ ਦੇਖ ਰਹੇ ਹੋ, ਇਹ ਸਾਰੇ ਅਲੱਗ ਅਲੱਗ ਰਾਜ ਸਨ, ਸਾਰੇ ਆਪਸ ਦੇ ਵਿੱਚ ਲੜਦੇ ਰਹਿੰਦੇ ਸਨ, ਏਕਤਾ ਨਹੀਂ ਸੀ ਇਹਨਾਂ ਦੇ ਵਿੱਚ। ਉਹਦੇ ਨਾਲ ਕੀ ਹੋਇਆ, ਇਹ ਬੜੇ ਕਮਜ਼ੋਰ ਹੋ ਗਏ। ਹੁਣ ਜਦੋਂ ਇਹ ਰਾਜ ਕਮਜ਼ੋਰ ਹੋ ਗਏ ਤੇ ਉਦੋਂ ਇੱਕ ਰਾਜ ਦਾ ਉਦੇ ਹੋਇਆ, ਮੌਰੀਆ ਰਾਜ ਦਾ। ਮੌਰੀਆ ਰਾਜ ਦੀ ਕਿਵੇਂ ਸਥਾਪਨਾ ਹੋਈ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਸਮੇਂ ਦੀ ਸਥਿਤੀ ਦੀ। ਜਿਵੇਂ ਆਪਾਂ ਗੱਲ ਕੀਤੀ, ਉਸ ਸਮੇਂ ਜਿਹੜੇ ਸਾਰੇ ਇਹ ਆਪਸ ਵਿੱਚ ਲੜਦੇ ਰਹਿੰਦੇ ਸਨ, ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਉੱਪਰ ਇਰਾਨੀਆਂ ਦੇ ਹਮਲੇ ਹੋਣੇ ਸ਼ੁਰੂ ਹੋਏ। ਇਰਾਨ ਦਾ ਇੱਕ ਸ਼ਾਸਕ ਸੀ ਸਾਇਰਸ ਪਹਿਲਾ। ਹੁਣ ਸਾਇਰਸ ਪਹਿਲਾ ਨੇ ਕੀ ਕੀਤਾ, ਉਹਨੇ ਦੇਖਿਆ ਕਿ ਭਾਰਤ ਦੇ ਲੋਕ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ, ਪੋਲੀਟੀਕਲੀ ਸਟਰੋਂਗ ਨਹੀਂ ਹੈਗੇ। ਉਹਨੇ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕੀਤੇ, ਪਰ ਉਹਨੇ ਸਿਰਫ ਇੱਕ ਸਿੰਧ ਦਾ ਇਲਾਕਾ ਜੇ ਅਸੀਂ ਦੇਖੀਏ ਤੇ ਇਹ ਸਾਈਡ ਤੋਂ ਉਹ ਆਇਆ ਸਿੰਧ ਵਾਲੇ ਪਾਸਿਓਂ, ਉਹਨੇ ਸਿੰਧ ਦੇ ਕੁਝ ਹੋਰ ਇਲਾਕਿਆਂ ਤੇ ਹਮਲੇ ਕੀਤੇ, ਪਰ ਉਹਨੂੰ ਵਾਪਿਸ ਜਾਣਾ ਪੈ ਗਿਆ। ਉਸ ਤੋਂ ਬਾਅਦ ਉਹਦਾ ਲੜਕਾ ਗੱਦੀ ਤੇ ਬੈਠਾ, 8 ਸਾਲ ਉਹ ਲੜਕਾ ਉਹਦਾ ਗੱਦੀ ਤੇ ਬੈਠਾ ਰਿਹਾ, ਪਰ ਉਹਨੇ ਜ਼ਿਆਦਾ ਕੁਝ ਨਹੀਂ ਕੀਤਾ, ਉਹਦੀ ਸਥਿਤੀ ਜ਼ਿਆਦਾ ਮਜ਼ਬੂਤ ਨਹੀਂ ਸੀ। ਉਸ ਤੋਂ ਬਾਅਦ ਕੀ ਹੁੰਦਾ, 8 ਸਾਲ ਬਾਅਦ ਇੱਕ ਹੋਰ ਰਾਜਾ ਗੱਦੀ ਤੇ ਬੈਠਾ, ਉਹਨੂੰ ਅਸੀਂ ਕਹਿੰਦੇ ਹਾਂ ਡੇਰੀਅਸ ਪਹਿਲਾ। ਤੇ ਡੇਰੀਅਸ ਪਹਿਲਾ ਨੇ ਆ ਕੇ ਹਮਲਾ ਕਰਨਾ ਕੀਤਾ ਇੱਥੇ, ਤੇ ਆਹ ਸਾਰੇ ਇਲਾਕੇ ਉਹਨੇ, ਕਾਫੀ ਸਾਰਾ ਇਲਾਕਾ ਡੇਰੀਅਸ ਨੇ ਜਿੱਤ ਲਿਆ। ਉਸ ਤੋਂ ਬਾਅਦ ਇੱਥੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਡੇਰੀਅਸ ਨੇ। ਇਹ ਜਿਹੜੇ ਦੋਨੋਂ ਮਹਾਨ ਰਾਜੇ ਸਨ ਇਰਾਨ ਦੇ, ਦੋਨੋਂ ਇਰਾਨ ਤੋਂ ਆਏ ਸਨ, ਦੋਨਾਂ ਨੇ ਭਾਰਤ ਦੇ ਉੱਪਰ ਹਮਲੇ ਕੀਤੇ, ਹੌਲੀ ਹੌਲੀ ਕਾਫੀ ਸਾਰੇ ਏਰੀਏ ਦੇ ਉੱਪਰ ਰਾਜ ਸਥਾਪਿਤ ਕਰ ਲਿਆ। ਹੁਣ ਇਰਾਨੀ ਹਮਲਿਆਂ ਦੇ ਭਾਰਤ ਦੇ ਉੱਪਰ ਪ੍ਰਭਾਵ ਕੀ ਪਏ, ਹਮਲਿਆਂ ਇਹਨਾਂ ਪ੍ਰਭਾਵਾਂ ਦੀ ਗੱਲ ਕਰੀਏ, ਤੇ ਭਾਰਤ ਦੇ ਵਿੱਚ ਵਪਾਰ ਨੂੰ ਬਹੁਤ ਉਤਸ਼ਾਹ ਮਿਲਿਆ, ਭਾਰਤੀ ਲੋਕਾਂ ਦਾ ਇਰਾਨੀਆਂ ਦੇ ਨਾਲ ਮੇਲਜੋਲ ਸ਼ੁਰੂ ਹੋਇਆ, ਇਰਾਨੀ ਸ਼ਾਸਕਾਂ ਨੇ ਭਾਰਤ ਦੇ ਵਿੱਚ ਆਵਾਜਾਈ ਦੇ ਸਾਧਨ ਵਿਕਸਿਤ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਵਪਾਰੀਆਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ। ਇਸੇ ਪ੍ਰਕਾਰ ਖਰੋਸ਼ਟੀ ਲਿਪੀ ਦਾ ਵਿਕਾਸ ਹੋਇਆ। ਜੇਕਰ ਅਸੀਂ ਅਸ਼ੋਕ ਦੇ ਪੱਛਮ ਵਾਲੇ ਪਾਸੇ ਦੇ ਸ਼ਿਲਾ ਲੇਖਾਂ ਨੂੰ ਦੇਖੀਏ ਤਾਂ ਉਹਨਾਂ ਦੇ ਵਿੱਚ ਖਰੋਸ਼ਟੀ ਲਿਪੀ ਦੀ ਵਰਤੋਂ ਕੀਤੀ ਗਈ। ਇਹ ਜਿਹੜੀ ਖਰੋਸ਼ਟੀ ਲਿਪੀ ਹੈ, ਇਹ ਅਰਬੀ ਲਿਪੀ ਵਾਂਗ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ। ਭਾਰਤ ਵਿੱਚ ਕਲਾ ਤੇ ਸੰਸਕ੍ਰਿਤੀ ਦਾ ਬਹੁਤ ਵਿਕਾਸ ਹੋਇਆ।
ਜਦੋਂ ਭਾਰਤ ਇਰਾਨੀ ਲੋਕ ਭਾਰਤ ਦੇ ਵਿੱਚ ਆਏ ਤੇ ਭਾਰਤੀਆਂ ਨੇ ਇਰਾਨੀਆਂ ਕੋਲੋਂ ਬਹੁਤ ਕੁਝ ਸਿੱਖਿਆ। ਇਰਾਨੀ ਰਿਵਾਜ, ਉਹਨਾਂ ਦਾ ਰਹਿਣ ਸਹਿਣ ਦਾ ਢੰਗ, ਉਹਨਾਂ ਦੇ ਕੱਪੜਿਆਂ ਦਾ ਸਟਾਈਲ, ਇਹ ਸਾਰਾ ਕੁਛ ਭਾਰਤੀਆਂ ਨੇ ਕਾਫੀ ਕੁਛ ਸਿੱਖਿਆ ਉਹਨਾਂ ਤੋਂ। ਇਸ ਤੋਂ ਇਲਾਵਾ ਜੇ ਆਪਾਂ ਭਾਰਤੀ ਇਮਾਰਤਾਂ ਦੀ ਗੱਲ ਕਰੀਏ ਤੇ ਭਾਰਤੀ ਇਮਾਰਤਾਂ ਦੇ ਵਿੱਚ ਕਾਫੀ ਸਾਰੇ ਚਿੱਤਰ ਮਿਲਦੇ ਨੇ, ਸ਼ੇਰਾਂ ਦੀਆਂ ਮੂਰਤੀਆਂ, ਬਲਦਾਂ ਦੀਆਂ ਮੂਰਤੀਆਂ, ਉਹ ਸਾਰੀਆਂ ਜਿਹੜੀਆਂ ਇਰਾਨੀ ਕਲਾ ਦਾ ਨਮੂਨਾ ਨੇ ਜਿਹੜਾ ਭਾਰਤ ਦੇ ਵਿੱਚ ਸ਼ਾਮਿਲ ਹੋ ਗਿਆ। ਇਸ ਤੋਂ ਇਲਾਵਾ ਸਾਮਰਾਜ ਦਾ ਸੰਕਲਪ, ਹੁਣ ਸਾਮਰਾਜ ਦਾ ਰਾਜ ਤੇ ਸਾਮਰਾਜ ਦੇ ਵਿੱਚ ਫਰਕ ਕੀ ਹੈ? ਜੇ ਅਸੀਂ ਗੱਲ ਕਰੀਏ ਰਾਜ ਤੇ ਸਾਮਰਾਜ, ਰਾਜ ਜਿਹੜੀ ਇੱਕ ਛੋਟੀ ਧਾਰਨਾ ਹੈ ਤੇ ਜਿਹੜਾ ਸਾਮਰਾਜ, ਇੱਕ ਸਾਮਰਾਜ ਦੇ ਵਿੱਚ ਕਾਫੀ ਸਾਰੇ ਰਾਜ ਆ ਜਾਂਦੇ ਨੇ। ਜਿਵੇਂ ਆਪਾਂ ਗੱਲ ਕੀਤੀ ਸੀ, ਜੇਕਰ ਤੁਸੀਂ ਨਕਸ਼ਾ ਦੇਖੋ ਤੇ ਇਹਦੇ ਵਿੱਚ ਬੜੇ ਸਾਰੇ ਰਾਜ ਤੁਹਾਨੂੰ ਦਿਸਣਗੇ, ਜਿਵੇਂ ਅਸਮਾਕਾ, ਉਸ ਤੋਂ ਬਾਅਦ ਅਵੰਤੀ, ਕੌਸ਼ਲ, ਗੰਧਾਰ, ਮਗਧ, ਕਲਿੰਗ, ਇਹ ਸਾਰੇ ਅਲੱਗ ਅਲੱਗ ਰਾਜ ਸਨ। ਤੇ ਸਾਮਰਾਜ ਦਾ ਮਤਲਬ ਹੈ ਕਿ ਇੱਕੋ ਹੀ ਰਾਜਾ ਜਿਹੜਾ ਹੈ ਉਹ ਸਾਰਿਆਂ ਦੇ ਉੱਪਰ ਰਾਜ ਕਰ ਰਿਹਾ, ਸਾਰੇ ਇੱਕ ਰਾਜੇ ਦੇ ਅਧੀਨ ਬਹੁਤ ਸਾਰੇ ਛੋਟੇ ਰਾਜੇ ਆ ਜਾਂਦੇ ਨੇ, ਇਹਨੂੰ ਸਾਮਰਾਜ ਕਹਿੰਦੇ ਨੇ। ਤੇ ਜਿਹੜਾ ਸਾਮਰਾਜ ਦਾ ਸੰਕਲਪ ਸੀ ਇਹ ਭਾਰਤੀ ਲੋਕਾਂ ਨੇ ਯੂਨਾਨੀਆਂ ਤੋਂ ਸਿੱਖਿਆ ਸੀ। ਇੱਕ ਬੈਡ ਇਫੈਕਟ ਇਸ ਚੀਜ਼ ਦਾ ਇਹ ਪਿਆ ਇਰਾਨੀ ਹਮਲਿਆਂ ਦਾ ਕਿ ਭਾਰਤ ਦੀ ਰਾਜਨੀਤਿਕ ਕਮਜ਼ੋਰੀ ਸੰਸਾਰ ਦੇ ਸਾਹਮਣੇ ਆ ਗਈ। ਸੰਸਾਰ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਭਾਰਤੀ ਲੋਕ ਇਕੱਠੇ ਹੋ ਕੇ ਨਹੀਂ ਰਹਿ ਸਕਦੇ, ਜਦੋਂ ਕੋਈ ਵਿਦੇਸ਼ੀ ਹਮਲਾ ਕਰਨ ਆਉਂਦਾ ਇਹ ਰਲ ਕੇ ਨਹੀਂ ਲੜਦੇ, ਇਹ ਸਗੋਂ ਇੱਕ ਦੂਜੇ ਦੇ ਖਿਲਾਫ ਲੜਦੇ ਨੇ। ਤੇ ਇੱਕ ਭਾਰਤ ਦੇ ਵਿੱਚ ਅਨੇਕਾਂ ਨਵੀਆਂ ਉਪਜਾਤੀਆਂ ਦਾ ਵਿਕਾਸ ਹੋਇਆ। ਬਹੁਤ ਸਾਰੇ ਇਰਾਨੀ ਲੋਕ ਇਹਨਾਂ ਹਮਲਾਵਰਾਂ ਦੇ ਨਾਲ ਭਾਰਤ ਦੇ ਵਿੱਚ ਆਏ, ਉਹਨਾਂ ਨੇ ਭਾਰਤ ਦੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ, ਭਾਰਤੀ ਲੋਕਾਂ ਨਾਲ ਵਿਆਹ ਸੰਬੰਧ ਬਣਾਏ ਤੇ ਨਤੀਜੇ ਵਜੋਂ ਨਵੀਆਂ ਉਪਜਾਤੀਆਂ ਹੋਂਦ ਵਿੱਚ ਆਈਆਂ। ਉਮੀਦ ਹੈ ਇੱਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਜੇਕਰ ਕਿਸੇ ਪ੍ਰਕਾਰ ਦਾ ਕਨਫਿਊਜ਼ਨ ਹੈ ਤੇ ਤੁਸੀਂ ਕਮੈਂਟ ਕਰ ਸਕਦੇ ਹੋ। ਅੱਗੇ ਚੱਲਦੇ ਆ, ਅੱਗੇ ਅਸੀਂ ਗੱਲ ਕਰਦੇ ਹਾਂ ਸਿਕੰਦਰ ਦੇ ਹਮਲੇ ਦੀ। ਹੁਣ ਸਿਕੰਦਰ ਕਿੱਥੋਂ ਦਾ ਸ਼ਾਸਕ ਸੀ? ਯਾਦ ਰੱਖਣਾ ਹੈ ਸਿਕੰਦਰ ਮਕਦੂਨੀਆ ਦਾ ਰਾਜਾ ਸੀ। ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ, ਉਹਦੇ ਹਮਲੇ ਦੇ ਦੋ ਕਾਰਨ ਸਨ। ਪਹਿਲਾ ਸੀ ਰਾਜ ਦਾ ਵਿਸਥਾਰ, ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ, ਤੇ ਦੂਜਾ ਧਨ ਦੌਲਤ ਲੁੱਟਣਾ ਚਾਹੁੰਦਾ ਸੀ। ਇਹ ਸਿਕੰਦਰ ਦਾ ਜਿਹੜਾ ਜਨਮ ਹੋਇਆ ਇਹ ਹੋਇਆ 356 ਈਸਵੀ ਪੂਰਵ ਦੇ ਵਿੱਚ, 356 ਈਸਵੀ ਪੂਰਵ ਦੇ ਵਿੱਚ। ਇਹਨੇ ਭਾਰਤ ਤੇ ਹਮਲਾ ਕੀਤਾ 326 ਈਸਵੀ ਪੂਰਵ ਦੇ ਵਿੱਚ। ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਹੋ ਜਾਣਗੇ ਵੀ ਜਨਮ 356 ਵਿੱਚ ਹੋਇਆ ਸੀ, 326 ਵਿੱਚ ਹਮਲਾ ਕਿਵੇਂ ਕਰ ਦਿੱਤਾ? ਯਾਦ ਰੱਖਣਾ ਹੈ ਅਸੀਂ ਈਸਵੀ ਪੂਰਵ ਦੀ ਗੱਲ ਕਰ ਰਹੇ ਹਾਂ। ਜਿਹੜਾ ਈਸਵੀ ਪੂਰਵ, ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ BC ਦੇ ਨਾਲ ਡੋਨੇਟ ਕਰਦੇ ਹਾਂ, BC ਦੇ ਨਾਲ ਡੋਨੇਟ ਇਹਨੂੰ ਡੀਨੋਟ ਕਰਾਂਗੇ। BC ਯਾਨੀ ਬਿਫੋਰ ਕ੍ਰਾਈਸਟ ਤੇ ਈਸਵੀ ਪੂਰਵ, ਇਹ ਜਿਹੜਾ ਈਸਵੀ ਪੂਰਵ ਹੁੰਦਾ ਇਹ ਸੰਖਿਆ ਰੇਖਾ ਵਾਂਗ ਹੁੰਦਾ। 6ਵੀਂ ਕਲਾਸ ਦੇ ਵਿੱਚ ਤੁਸੀਂ ਸੰਖਿਆ ਰੇਖਾ ਕੀਤੀ ਹੋਏਗੀ। ਸੰਖਿਆ ਰੇਖਾ ਦੇ ਵਿੱਚ ਜੇ ਅਸੀਂ ਖੱਬੇ ਪਾਸੇ ਨੂੰ ਜਾਂਦੇ ਹਾਂ ਤੇ ਮਾਈਨਸ ਦੇ ਵਿੱਚ ਚੱਲਦਾ, ਜੇ ਅਸੀਂ ਸੱਜੇ ਪਾਸੇ ਨੂੰ ਜਾਂਦੇ ਹਾਂ ਤੇ ਪਲੱਸ ਦੇ ਵਿੱਚ ਜਾਂਦਾ। ਹੁਣ ਯਾਦ ਰੱਖਣਾ ਜਿਹੜੀ ਈਸਵੀ ਹੈ ਉਹ ਇਹ ਸਾਈਡ ਹੈ ਤੇ ਈਸਵੀ ਪੂਰਵ ਇਹ ਸਾਈਡ ਹੈ। ਜਿਹੜਾ 356 ਈਸਵੀ ਪੂਰਵ ਜਿਹੜਾ ਹੈ ਉਹ ਪਹਿਲਾਂ ਆਏਗਾ ਤੇ ਉਸ ਤੋਂ ਬਾਅਦ 326 ਈਸਵੀ ਪੂਰਵ ਆਏਗਾ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਏਗਾ ਈਸਵੀ ਪੂਰਵ ਤੇ ਈਸਵੀ ਦਾ ਕੰਸੈਪਟ। ਜੇਕਰ ਸਮਝ ਨਾ ਆਇਆ ਹੋਵੇ ਤੇ ਬਹੁਤ ਸਾਰੇ ਕਮੈਂਟ ਕਰ ਦਿਓ,
ਤੇ ਮੈਨੂੰ ਲੱਗਿਆ ਕਿ ਤੁਹਾਨੂੰ ਅਜੇ ਸਮਝ ਨਹੀਂ ਆਇਆ ਤੇ ਮੈਂ ਈਸਵੀ ਤੇ ਈਸਵੀ ਪੂਰਵ ਸੰਬੰਧੀ ਇੱਕ ਵੀਡੀਓ ਬਣਾ ਕੇ ਪਾ ਦਿਆਂਗਾ। ਖੈਰ ਅੱਗੇ ਚੱਲਦੇ ਹਾਂ, ਆਪਾਂ ਸਿਕੰਦਰ ਦੀ ਗੱਲ ਕਰ ਰਹੇ ਸੀ। 356 ਈਸਵੀ ਪੂਰਵ ਦੇ ਵਿੱਚ ਜਨਮ ਹੋਇਆ, 326 ਈਸਵੀ ਪੂਰਵ ਦੇ ਵਿੱਚ ਇਹਨੇ ਭਾਰਤ ਤੇ ਹਮਲਾ ਕੀਤਾ, 323 ਈਸਵੀ ਪੂਰਵ ਦੇ ਵਿੱਚ ਸਿਕੰਦਰ ਜਿਹੜਾ ਸੀ ਇਹ ਵਾਪਿਸ ਚਲਾ ਗਿਆ। ਜਦੋਂ 323 ਈਸਵੀ ਪੂਰਵ ਦੇ ਵਿੱਚ ਵਾਪਿਸ ਚਲਾ ਗਿਆ, ਇਹ ਇੱਥੇ ਛੱਡ ਗਿਆ ਆਪਣਾ ਇੱਕ ਰੀਪ੍ਰੈਜੈਂਟੇਟਿਵ, ਆਪਣਾ ਇੱਕ ਬੰਦਾ ਇਹਨੇ ਇੱਥੇ ਛੱਡਿਆ ਪੰਜਾਬ ਦੇ ਵਿੱਚ, ਤੇ ਇਹ ਚਲਾ ਗਿਆ ਵਾਪਿਸ। ਚੰਦਰਗੁਪਤ ਮੌਰੀਆ ਨੂੰ ਮੌਕਾ ਮਿਲਿਆ, ਉਹਨੇ 322 ਈਸਵੀ ਪੂਰਵ ਦੇ ਵਿੱਚ ਪੰਜਾਬ ਤੇ ਹਮਲਾ ਕੀਤਾ, 321 ਈਸਵੀ ਪੂਰਵ ਦੇ ਵਿੱਚ ਮਗਧ ਤੇ ਹਮਲਾ ਕੀਤਾ, ਤੇ ਚੰਦਰਗੁਪਤ ਮੌਰੀਆ ਨੇ ਸਥਾਪਿਤ ਕੀਤਾ ਮੌਰੀਆ ਸਾਮਰਾਜ। ਚੰਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਸਥਾਪਿਤ ਕੀਤਾ 321 ਈਸਵੀ ਪੂਰਵ ਦੇ ਵਿੱਚ। ਕੁਛ ਬੁੱਕਸ ਦੇ ਵਿੱਚ 322 ਵੀ ਲਿਖਿਆ ਹੁੰਦਾ, 322 ਦੇ ਵਿੱਚ ਉਹਨੇ ਪੰਜਾਬ ਤੇ ਹਮਲਾ ਕੀਤਾ ਸੀ, 321 ਦੇ ਵਿੱਚ ਉਹਨੇ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ। ਆਓ ਅੱਗੇ ਚੱਲਦੇ ਆ, ਅੱਗੇ ਗੱਲ ਕਰਦੇ ਹਾਂ ਮੌਰੀਆ ਵੰਸ਼ ਦੀ ਤੇ ਮੌਰੀਆ ਸਾਮਰਾਜ ਦੀ। ਸਾਡੇ ਕੋਲ ਮੌਰੀਆ ਸਾਮਰਾਜ ਦੀ ਸਥਾਪਨਾ ਦੇ ਵਿੱਚ ਦੋ ਫਿਗਰਸ ਹੈਗੀਆਂ, ਪਹਿਲੀ ਫਿਗਰ ਚੰਦਰਗੁਪਤ ਮੌਰੀਆ ਤੇ ਦੂਸਰੀ ਚਾਣਕਿਆ। ਜੇ ਅਸੀਂ ਚੰਦਰਗੁਪਤ ਮੌਰੀਆ ਦੀ ਗੱਲ ਕਰਨੀ ਹੈ ਜਾਂ ਮੌਰੀਆ ਸਾਮਰਾਜ ਦੀ ਗੱਲ ਕਰਨੀ ਹੈ ਤੇ ਸਾਨੂੰ ਪਹਿਲਾਂ ਗੱਲ ਕਰਨੀ ਪਏਗੀ ਚਾਣਕਿਆ ਦੀ। ਹੁਣ ਇਹ ਚਾਣਕਿਆ ਕੌਣ ਹੈ? ਚਾਣਕਿਆ ਇੱਕ ਬ੍ਰਾਹਮਣ ਸੀ, ਮਗਧ ਦੇ ਵਿੱਚ ਰਹਿੰਦਾ ਸੀ, ਬਹੁਤ ਇੰਟੈਲੀਜੈਂਟ ਸੀ, ਬਹੁਤ ਵੱਡਾ ਵਿਦਵਾਨ ਸੀ। ਇੱਕ ਦਿਨ ਮਗਧ ਦੇ ਵਿੱਚ ਉਸ ਸਮੇਂ ਮਗਧ ਦੇ ਵਿੱਚ ਸ਼ਾਸਨ ਸੀ ਨੰਦ ਵੰਸ਼ ਦਾ, ਨੰਦ ਵੰਸ਼ ਦਾ ਸ਼ਾਸਨ ਸੀ, ਕੋਈ ਧਾਰਮਿਕ ਉਤਸਵ ਹੋ ਰਿਹਾ ਸੀ। ਚਾਣਕਿਆ ਉੱਥੇ ਗਿਆ, ਜਿਹੜਾ ਉੱਥੋਂ ਦਾ ਸ਼ਾਸਕ ਸੀ ਉਹਨੂੰ ਚਾਣਕਿਆ ਪਸੰਦ ਨਹੀਂ ਆਇਆ, ਉਹਨੇ ਚਾਣਕਿਆ ਦੀ ਬੇਇੱਜ਼ਤੀ ਕੀਤੀ, ਚਾਣਕਿਆ ਨੂੰ ਆਪਣੇ ਦਰਬਾਰ ਦੇ ਵਿੱਚੋਂ ਕੱਢ ਦਿੱਤਾ। ਤੇ ਚਾਣਕਿਆ ਨੇ ਉਸ ਵੇਲੇ ਉਸ ਰਾਜੇ ਨੂੰ ਇੱਕ ਚੁਣੌਤੀ ਦਿੱਤੀ ਵੀ ਤੂੰ ਮੈਨੂੰ ਆਪਣੇ ਦਰਬਾਰ ਵਿੱਚੋਂ ਕੱਢਿਆ, ਮੈਂ ਤੈਨੂੰ ਤੇਰੇ ਰਾਜ ਦੇ ਵਿੱਚੋਂ ਕੱਢਾਂਗਾ। ਉਸ ਤੋਂ ਬਾਅਦ ਚਾਣਕਿਆ ਚਲਾ ਗਿਆ ਇੱਕ ਜੰਗਲ ਦੇ ਵਿੱਚ, ਤੇ ਉਹ ਆਪਣਾ ਉੱਥੇ ਆਪਣੀ ਪੂਜਾ ਕਰਨ ਲੱਗਿਆ, ਪਾਠ ਕਰਨ ਲੱਗਿਆ, ਜੋ ਵੀ ਸੀ ਜਿੱਦਾਂ ਉਹਦਾ ਜੀਵਨ ਸੀ। ਉੱਥੇ ਉਹਨੇ ਵੇਖਿਆ ਚੰਦਰਗੁਪਤ ਨੂੰ। ਹੁਣ ਚੰਦਰਗੁਪਤ ਬਾਰੇ ਜਿਹੜਾ ਇਹ ਚੰਦਰਗੁਪਤ ਦੇ ਮੁੱਢਲੇ ਜੀਵਨ ਬਾਰੇ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਕੁਛ ਪੁਸਤਕਾਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਚੰਦਰਗੁਪਤ ਦਾ ਪਾਲਣ ਪੋਸ਼ਣ ਕਿਸੇ ਗਵਾਲੇ ਦੁਆਰਾ ਕੀਤਾ ਗਿਆ ਸੀ, ਕੁਛ ਦਾ ਇਹ ਕਹਿਣਾ ਕਿ ਜਿਹੜਾ ਚੰਦਰਗੁਪਤ ਸੀ ਕਿਸੇ ਰਾਜ ਪਰਿਵਾਰ ਦਾ ਲੜਕਾ ਸੀ, ਪਰ ਕੁਛ ਲੋਕ ਵਿਦਵਾਨ ਇਹ ਕਹਿੰਦੇ ਨੇ ਵੀ ਇਹ ਜਿਹੜਾ ਪਹਿਲਾਂ ਨੰਦ ਵੰਸ਼ ਦੇ ਵਿੱਚ ਨੌਕਰੀ ਕਰਦਾ ਸੀ ਤੇ ਨੰਦ ਵੰਸ਼ ਵਿੱਚੋਂ ਇਹਨਾਂ ਨੇ ਜਿਹੜਾ ਰਾਜਿਆਂ ਨੇ ਸੀ ਨੰਦ ਵੰਸ਼ ਦੇ ਰਾਜੇ, ਉਹਨਾਂ ਨੇ ਚੰਦਰਗੁਪਤ ਨੂੰ ਨੌਕਰੀਓਂ ਕੱਢ ਦਿੱਤਾ ਸੀ। ਹੁਣ ਕੀ ਹੋਇਆ ਕਿ ਚਾਣਕਿਆ ਨੇ ਜੰਗਲ ਦੇ ਵਿੱਚ ਦੇਖਿਆ ਚੰਦਰਗੁਪਤ ਮੌਰੀਆ ਨੂੰ, ਉਹਨੇ ਦੇਖਿਆ ਕਿ ਇਹਦੇ ਵਿੱਚ ਕੈਲੀਬਰ ਹੈਗੀ ਹੈ। ਚਾਣਕਿਆ ਨੇ ਟਾਈ ਅਪ ਕੀਤਾ ਚੰਦਰਗੁਪਤ ਮੌਰੀਆ ਦੇ ਨਾਲ, ਇਹ ਕਹਿੰਦਾ ਵੀ ਜੇ ਮੈਂ ਤੈਨੂੰ ਚਾਹਵਾਂ ਤੇ ਮੈਂ ਤੈਨੂੰ ਰਾਜਾ ਬਣਾ ਦਿਆਂਗਾ। ਚੰਦਰਗੁਪਤ ਐਗਰੀ ਹੋ ਗਿਆ। ਚਾਣਕਿਆ ਨੇ ਚੰਦਰਗੁਪਤ ਨੂੰ ਪੂਰੀ ਟ੍ਰੇਨਿੰਗ ਦਿੱਤੀ ਕਿਸ ਤਰ੍ਹਾਂ ਜਿੱਤਣਾ, ਕਿਵੇਂ ਦੁਸ਼ਮਣਾਂ ਨੂੰ ਹਰਾਉਣਾ, ਕਿਵੇਂ ਫੌਜ ਇਕੱਠੀ ਕਰਨੀ ਹੈ, ਕਿਵੇਂ ਹਮਲਾ ਕਰਨਾ, ਇਹ ਜਿਹੜਾ ਸਾਰਾ ਚਾਣਕਿਆ ਨੇ ਸਿਖਾਇਆ। ਤੇ ਚੰਦਰਗੁਪਤ ਮੌਰੀਆ ਨੇ ਹੌਲੀ ਹੌਲੀ ਮੌਰੀਆ ਸਾਮਰਾਜ ਸਥਾਪਿਤ ਕਰ ਦਿੱਤਾ। ਹੁਣ ਜੇ ਅਸੀਂ ਗੱਲ ਕਰੀਏ ਚਾਣਕਿਆ ਦੀ ਤੇ ਚਾਣਕਿਆ ਦੇ ਦੋ ਨਾਮ ਹੋਰ ਨੇ, ਇੱਕ ਤਾਂ ਇਹਨੂੰ ਕਹਿੰਦੇ ਨੇ ਕੌਟਲਿਆ,
ਤੇ ਦੂਸਰਾ ਇਹਨੂੰ ਕਹਿੰਦੇ ਨੇ ਵਿਸ਼ਨੂੰ ਗੁਪਤ। ਤੇ ਚਾਣਕਿਆ ਨੇ ਇੱਕ ਬੜੀ ਪ੍ਰਸਿੱਧ ਪੁਸਤਕ ਲਿਖੀ ਹੈ, ਪੁਸਤਕ ਦਾ ਨਾਂ ਹੈ ਅਰਥ ਸ਼ਾਸਤਰ। ਹੁਣ ਇਹਦਾ ਨਾਮ ਅਰਥ ਸ਼ਾਸਤਰ ਹੈ, ਸਾਨੂੰ ਇਹ ਕਨਫਿਊਜ਼ਨ ਹੋ ਜਾਂਦਾ ਵੀ ਇਕਨੋਮੀ ਦੇ ਨਾਲ ਸੰਬੰਧਿਤ ਹੈ। ਅਰਥ ਸ਼ਾਸਤਰ ਵਿੱਚ ਚਾਣਕਿਆ ਨੇ ਕੀ ਲਿਖੇ? ਚਾਣਕਿਆ ਨੇ ਲਿਖੇ ਰੂਲਸ ਆਫ ਸਟੇਟ। ਕਿਸੇ ਚੰਗੇ ਰਾਜੇ ਦੇ ਵਿੱਚ ਕੀ ਗੁਣ ਹੁੰਦੇ ਨੇ, ਮੰਤਰੀਆਂ ਦੇ ਵਿੱਚ ਕੀ ਗੁਣ ਹੁੰਦੇ ਨੇ, ਰਾਜੇ ਨੇ ਰਾਜ ਨੂੰ ਕਿਵੇਂ ਚਲਾਉਣਾ, ਰਾਜੇ ਨੇ ਭੇਸ ਬਦਲ ਕੇ ਪ੍ਰਜਾ ਤੇ ਕਿਵੇਂ ਧਿਆਨ ਰੱਖਣਾ, ਉਹ ਸਾਰਾ ਕੁਝ ਚਾਣਕਿਆ ਨੇ ਲਿਖਿਆ ਆਪਣੀ ਪੁਸਤਕ ਅਰਥ ਸ਼ਾਸਤਰ ਦੇ ਵਿੱਚ। ਤੇ ਚਾਣਕਿਆ ਨੂੰ ਅਹੁਦਾ ਕਿਹੜਾ ਪ੍ਰਾਪਤ ਸੀ ਚੰਦਰਗੁਪਤ ਮੌਰੀਆ ਦੇ ਰਾਜ ਦੇ ਵਿੱਚ? ਚਾਣਕਿਆ ਨੂੰ ਪ੍ਰਧਾਨ ਮੰਤਰੀ ਤੇ ਮੁੱਖ ਸਲਾਹਕਾਰ ਦਾ ਅਹੁਦਾ ਹਾਸਲ ਸੀ। ਤੇ ਚੰਦਰਗੁਪਤ ਮੌਰੀਆ ਨੇ ਚਾਣਕਿਆ ਦੀ ਸਹਾਇਤਾ ਨਾਲ ਪਹਿਲਾਂ ਛੋਟੇ ਛੋਟੇ ਰਾਜਾਂ ਨੂੰ ਜਿੱਤਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਇੱਕ ਵੱਡਾ ਐਮਪਾਇਰ ਖੜਾ ਕਰ ਦਿੱਤਾ, ਜਿਹਨੂੰ ਅਸੀਂ ਕਹਿੰਦੇ ਹਾਂ ਮੌਰੀਆ ਸਾਮਰਾਜ। ਹੁਣ ਜੇ ਅਸੀਂ ਗੱਲ ਕਰੀਏ ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦੀ, ਤੇ ਸਭ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਦੀ ਜਿਹੜੀ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ ਸ਼ੁਰੂਆਤ ਦੇ ਵਿੱਚ ਪੰਜਾਬ ਦੀ ਜਿੱਤ 322 ਈਸਵੀ ਪੂਰਵ ਦੇ ਵਿੱਚ, 322 BC ਜਦੋਂ ਸਿਕੰਦਰ ਚਲਾ ਗਿਆ ਤੇ ਪੰਜਾਬ ਦੀ ਜਿਹੜੀ ਹਾਲਤ ਸੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਸਿਕੰਦਰ ਦੇ ਜਾਣ ਤੋਂ ਬਾਅਦ ਚੰਦਰਗੁਪਤ ਪੰਜਾਬ ਦੀ ਹਾਲਤ ਮਾੜੀ ਹੋ ਚੁੱਕੀ ਸੀ। ਚੰਦਰਗੁਪਤ ਮੌਰੀਆ ਨੇ ਪੰਜਾਬ ਤੇ ਹਮਲਾ ਕੀਤਾ, ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਮਗਧ ਤੇ ਹਮਲਾ ਕੀਤਾ 301 BC ਦੇ ਵਿੱਚ। ਇਹਨੂੰ ਯਾਦ ਰੱਖਣਾ ਬੜਾ ਸੌਖਾ ਹੈ, ਯਾਦ ਰੱਖਣਾ ਵੀ 3-2-1 ਚੰਦਰਗੁਪਤ ਮੌਰੀਆ ਨੇ ਕੀਤਾ, 3-2-1 ਤੇ ਰਾਜ ਸਥਾਪਿਤ ਕਰ ਦਿੱਤਾ ਮਗਧ ਦੇ ਵਿੱਚ। ਮਗਧ ਦੇ ਵਿੱਚ ਮੌਰੀਆ ਸਾਮਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਸਿਕੰਦਰ ਦਾ ਇੱਕ ਯੁੱਧ ਹੋਇਆ ਸੈਲਿਊਕਸ ਦੇ ਨਾਲ। ਸੈਲਿਊਕਸ ਕੌਣ ਸੀ? ਜਿਹੜਾ ਸਿਕੰਦਰ ਦਾ ਸੈਨਾਪਤੀ ਸੀ। ਤੇ ਇਹਦੇ ਨਾਲ ਯੁੱਧ ਕਦੋਂ ਹੋਇਆ? ਇਹਦੇ ਨਾਲ ਯੁੱਧ ਹੋਇਆ 305 ਈਸਵੀ ਪੂਰਵ ਜਾਂ 305 BC ਦੇ ਵਿੱਚ। ਸੈਲਿਊਕਸ ਦੇ ਨਾਲ ਸਿਕੰਦਰ ਦਾ ਯੁੱਧ ਹੋਇਆ, ਚੰਦਰਗੁਪਤ ਮੌਰੀਆ ਦਾ ਯੁੱਧ ਹੋਇਆ। ਕਿਹਾ ਜਾਂਦਾ ਕਿ ਸੈਲਿਊਕਸ ਹਾਰ ਗਿਆ ਤੇ ਸੈਲਿਊਕਸ ਨੇ ਆਪਣੀ ਲੜਕੀ ਦਾ ਵਿਆਹ ਚੰਦਰਗੁਪਤ ਮੌਰੀਆ ਦੇ ਨਾਲ ਕਰ ਦਿੱਤਾ। ਸੈਲਿਊਕਸ ਨੇ ਚੰਦਰਗੁਪਤ ਦੇ ਦਰਬਾਰ ਦੇ ਵਿੱਚ ਇੱਕ ਆਪਣਾ ਰਾਜਦੂਤ ਭੇਜਿਆ ਜਿਹਦਾ ਨਾਮ ਹੈ ਮੈਗਸਥਨੀਜ਼। ਇਹ ਤੁਹਾਨੂੰ 3 ਨੰਬਰ ਦਾ ਪ੍ਰਸ਼ਨ ਆ ਜਾਂਦਾ ਹੁੰਦਾ, ਮੈਗਸਥਨੀਜ਼ ਕੌਣ ਸੀ ਤੇ ਉਹਨੇ ਭਾਰਤ ਬਾਰੇ ਕੀ ਲਿਖਿਆ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਤੇ ਜਿਹੜਾ ਚੰਦਰਗੁਪਤ ਮੌਰੀਆ ਨੇ ਸੈਲਿਊਕਸ ਨੂੰ 500 ਹਾਥੀ ਤੋਹਫੇ ਵਜੋਂ ਦਿੱਤੇ। ਇਸ ਤੋਂ ਬਾਅਦ ਚੰਦਰਗੁਪਤ ਮੌਰੀਆ ਨੇ ਸਾਮਰਾਜ ਦਾ ਵਿਸਥਾਰ ਕੀਤਾ। ਹੌਲੀ ਹੌਲੀ ਉਹਨੇ ਇੱਕ ਬੜਾ ਵੱਡਾ ਵਿਸ਼ਾਲ ਸਾਮਰਾਜ ਸਥਾਪਿਤ ਕੀਤਾ, ਜਿਹਨੂੰ ਅਸੀਂ ਨਾਮ ਦਿੰਦੇ ਹਾਂ ਮੌਰੀਆ ਸਾਮਰਾਜ ਦਾ। ਹੁਣ ਚੰਦਰਗੁਪਤ ਮੌਰੀਆ ਤੋਂ ਬਾਅਦ ਗੱਦੀ ਤੇ ਕੌਣ ਬੈਠਾ? ਚੰਦਰਗੁਪਤ ਮੌਰੀਆ ਤੋਂ ਬਾਅਦ ਗੱਦੀ ਤੇ ਬੈਠਾ ਬਿੰਦੂਸਾਰ। ਬਿੰਦੂਸਾਰ ਦੇ ਜੀਵਨ ਬਾਰੇ ਸਾਨੂੰ ਕੋਈ ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਵਿਦਵਾਨ ਮੰਨਦੇ ਨੇ ਕਿ ਜਿਹੜਾ ਬਿੰਦੂਸਾਰ ਸੀ ਉਹ ਬਹੁਤ ਬਹੁਤ ਬਹਾਦਰ ਸੀ। ਚੰਦਰਗੁਪਤ ਮੌਰੀਆ ਵਾਂਗ ਉਹਨੇ ਬੜੀਆਂ ਸਾਰੀਆਂ ਜਿੱਤਾਂ ਸਥਾਪਿਤ ਕੀਤੀਆਂ, ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ, ਇੱਕ ਵੱਡਾ ਰਾਜ ਸਥਾਪਿਤ ਕੀਤਾ। ਉਸ ਤੋਂ ਬਾਅਦ ਕੀ ਹੋਇਆ? ਬਿੰਦੂਸਾਰ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਾ ਅਸ਼ੋਕ। ਅਸ਼ੋਕ ਗੱਦੀ ਤੇ ਬੈਠਾ। ਹੁਣ ਅਸੀਂ ਗੱਲ ਕਰਦੇ ਹਾਂ ਅਸ਼ੋਕ ਬਾਰੇ। ਜਦੋਂ ਬਿੰਦੂਸਾਰ ਦੀ ਮੌਤ ਹੋਈ ਤੇ ਅਸ਼ੋਕ ਗੱਦੀ ਤੇ ਬੈਠਾ, ਅਸ਼ੋਕ ਕੌਣ ਹੈ? ਅਸ਼ੋਕ ਬਿੰਦੂਸਾਰ ਦਾ ਲੜਕਾ ਸੀ, ਪਹਿਲਾਂ ਉਜੈਨ ਦਾ ਸੂਬੇਦਾਰ ਸੀ, ਉਜੈਨ ਦਾ ਗਵਰਨਰ ਸੀ, ਬਾਅਦ ਦੇ ਵਿੱਚ ਤਖਸ਼ਿਲਾ ਦੇ ਵਿੱਚ ਬਗਾਵਤ ਹੋ ਗਈ,
ਬਿੰਦੂਸਾਰ ਨੇ ਅਸ਼ੋਕ ਨੂੰ ਅਪੁਆਇੰਟ ਕੀਤਾ ਤਕਸ਼ਿਲਾ ਦੇ ਵਿੱਚ ਤੇ ਅਸ਼ੋਕ ਨੇ ਉਸ ਬਗਾਵਤ ਦੇ ਉੱਪਰ ਕਾਬੂ ਪਾ ਲਿਆ। ਉਸ ਤੋਂ ਬਾਅਦ ਬਿੰਦੂਸਾਰ ਦੀ ਮੌਤ ਹੋ ਗਈ ਤੇ ਤਕਸ਼ ਜਿਹੜਾ ਸੀ ਅਸ਼ੋਕ ਨੇ ਮੌਰੀਆ ਸਾਮਰਾਜ ਸੰਭਾਲ ਲਿਆ। ਅਸ਼ੋਕ ਨੂੰ ਅਸੀਂ ਅਸ਼ੋਕ ਮਹਾਨ ਦੇ ਨਾਂ ਨਾਲ ਜਾਣਦੇ ਹਾਂ, ਅਸ਼ੋਕ ਮਹਾਨ। ਤੇ ਕਿਹਾ ਜਾਂਦਾ ਕਿ ਅਸ਼ੋਕ ਨੇ ਗੱਦੀ ਸੰਭਾਲਣ ਲਈ ਆਪਣੇ 99 ਭਰਾਵਾਂ ਨੂੰ ਮਾਰਿਆ ਤਾਂ ਜਾ ਕੇ ਅਸ਼ੋਕ ਨੂੰ ਗੱਦੀ ਮਿਲੀ ਸੀ। ਜਿਹੜੀ ਇਹ ਤੁਸੀਂ ਪਿਕਚਰ ਦੇਖ ਰਹੇ ਹੋ, ਇਹ ਅਸ਼ੋਕ ਪਿੱਲਰ ਹੈ ਜਿਹੜਾ ਅਸ਼ੋਕ ਨੇ ਬਣਾਇਆ ਸੀ। ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਅੱਗੇ ਚੱਲਦੇ ਹਾਂ। ਅਸ਼ੋਕ ਦੇ ਜੀਵਨ ਦੀ ਬਹੁਤ ਵੱਡੀ ਘਟਨਾ ਸੀ ਕਲਿੰਗ ਦਾ ਯੁੱਧ। ਕਲਿੰਗ ਇੱਕ ਸਥਾਨ ਸੀ ਜਿਹਨੂੰ ਅੱਜ ਕੱਲ੍ਹ ਅਸੀਂ ਉੜੀਸਾ ਕਹਿੰਦੇ ਹਾਂ। ਉੜੀਸਾ ਦੇ ਵਿੱਚ ਇੱਕ ਕਲਿੰਗ ਨਾਂ ਦੀ ਜਾਂ ਕਲਿੰਗ ਨਗਰੀ ਨਾਂ ਦੀ ਥਾਂ ਸੀ, ਬਹੁਤ ਫੇਮਸ ਸੀ, ਬਹੁਤ ਉਪਜਾਊ ਸੀ, ਸ਼ਰੀਫ ਲੋਕ ਸਨ, ਸ਼ਾਂਤੀ ਪਸੰਦ ਲੋਕ ਸਨ, ਕਿਸੇ ਨਾਲ ਲੜਦੇ ਝਗੜਦੇ ਨਹੀਂ ਸਨ। ਅਸ਼ੋਕ ਨੂੰ ਪਤਾ ਲੱਗਿਆ ਇਸ ਗੱਲ ਦਾ ਤੇ ਅਸ਼ੋਕ ਨੇ ਆਪਣੀ ਸੈਨਾ ਨੂੰ ਭੇਜਿਆ ਕਿ ਜਾਓ ਕਲਿੰਗ ਤੇ ਕਬਜ਼ਾ ਕਰੋ। ਇਹਦੀ ਸੈਨਾ ਗਈ, ਉਹ ਲੋਕ ਸ਼ਾਂਤੀਪੂਰਨ ਸਨ, ਯੁੱਧ ਪਸੰਦ ਨਹੀਂ ਕਰਦੇ ਸਨ, ਪਰ ਉਹ ਸਾਰੇ ਲੋਕ ਸਾਰਾ ਲਗਭਗ ਸਾਰਾ ਦੇਸ਼ ਹੀ ਜਿਹੜਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਆਇਆ, ਜਿਹੜਾ ਹਥਿਆਰ ਆਇਆ, ਉਹ ਆਪਣੇ ਦੇਸ਼ ਨੂੰ ਬਚਾਉਣ ਲਈ ਲੜਨ ਲੱਗ ਗਏ। ਤੇ ਇਸ ਯੁੱਧ ਦੇ ਵਿੱਚ ਲਗਭਗ 1,00,000 ਲੋਕ ਮਾਰੇ ਗਏ, 1,50,000 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ 2,00,000 ਜਿਹੜੇ ਲੋਕ ਸੀ ਜ਼ਖਮੀ ਹੋ ਗਏ। ਤੇ ਜਦੋਂ ਅਸ਼ੋਕ ਦੇ ਕਮਾਂਡਰਾਂ ਨੇ ਅਸ਼ੋਕ ਨੂੰ ਕਿਹਾ ਕਿ ਆਪਾਂ ਕਲਿੰਗਾ ਜਿੱਤ ਲਿਆ ਤੇ ਤੁਸੀਂ ਆ ਕੇ ਦੇਖ ਲਓ, ਤੇ ਜਦੋਂ ਅਸ਼ੋਕ ਉੱਥੇ ਆਇਆ ਤੇ ਅਸ਼ੋਕ ਹੈਰਾਨ ਰਹਿ ਗਿਆ ਕਿ ਮੈਂ ਹੁਣ ਰਾਜ ਕਿਹਦੇ ਤੇ ਕਰਾਂ। ਹਰ ਇੱਕ ਪਾਸੇ ਜਿਹੜੀਆਂ ਲਾਸ਼ਾਂ ਦਿਸ ਰਹੀਆਂ ਸਨ, ਜ਼ਖਮੀ ਲੋਕ ਦਿਸ ਰਹੇ ਸਨ ਤੇ ਅਸ਼ੋਕ ਜਿਹੜਾ ਸੀ ਉਹਦਾ ਮਨ ਪਸੀਜ ਗਿਆ। ਅਸ਼ੋਕ ਨੇ ਡਿਸਾਈਡ ਕੀਤਾ ਕਿ ਅੱਜ ਕੱਲ ਜਿਹੜਾ ਹੈ ਅੱਜ ਤੋਂ ਬਾਅਦ ਕੋਈ ਵੀ ਯੁੱਧ ਨਹੀਂ ਕਰਾਂਗਾ। ਅਸ਼ੋਕ ਨੇ ਯੁੱਧ ਕਰਨਾ ਛੱਡ ਦਿੱਤਾ। ਉਸ ਤੋਂ ਬਾਅਦ ਜਿਹੜਾ ਅਸ਼ੋਕ ਨੇ ਧਾਰਨ ਕੀਤਾ ਬੁੱਧ ਧਰਮ, ਕਿਉਂਕਿ ਬੁੱਧ ਧਰਮ ਜਿਹੜਾ ਅਹਿੰਸਾ ਸਿਖਾਉਂਦਾ ਹੈ, ਇਸ ਲਈ ਅਸ਼ੋਕ ਨੇ ਇਹ ਵਾਲਾ ਧਰਮ ਧਾਰਨ ਕੀਤਾ ਸੀ। ਹੁਣ ਆਓ ਦੇਖਦੇ ਹਾਂ ਕਿ ਕਲਿੰਗ ਯੁੱਧ ਦੇ ਸਿੱਟੇ ਕੀ ਨਿਕਲੇ। ਪਹਿਲੀ ਗੱਲ ਤਾਂ ਅਸ਼ੋਕ ਨੇ ਯੁੱਧ ਨੀਤੀ ਦਾ ਤਿਆਗ ਕਰ ਦਿੱਤਾ। ਹੁਣ ਅਸ਼ੋਕ ਨੇ ਇਹ ਡਿਸਾਈਡ ਕੀਤਾ ਵੀ ਮੈਂ ਰਾਜ ਨਹੀਂ ਜਿੱਤਣੇ, ਮੈਂ ਦਿਲ ਜਿੱਤਣੇ ਨੇ, ਤੇ ਅਸ਼ੋਕ ਨੇ ਯੁੱਧ ਕਰਨੇ ਛੱਡ ਦਿੱਤੇ। ਦੂਸਰਾ, ਅਸ਼ੋਕ ਦੇ ਜੀਵਨ ਵਿੱਚ ਤਬਦੀਲੀ ਆ ਗਈ। ਅਸ਼ੋਕ ਨੇ ਸ਼ਿਕਾਰ ਕਰਨਾ ਛੱਡ ਦਿੱਤਾ, ਲੋਕਾਂ ਨੂੰ ਸਜ਼ਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਤੇ ਬੁੱਧ ਧਰਮ ਦੇ ਅਪਣਾ ਲਿਆ, ਬੁੱਧ ਧਰਮ ਦੇ ਆਧਾਰ ਤੇ ਆਪਣਾ ਜੀਵਨ ਜੀਣ ਲੱਗਿਆ। ਅਸ਼ੋਕ ਬੁੱਧ ਧਰਮ ਵਿੱਚ ਸ਼ਾਮਲ ਹੋ ਗਿਆ, ਬੁੱਧ ਧਰਮ ਦੇ ਪ੍ਰਚਾਰ ਲਈ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਬੁੱਧ ਧਰਮ ਵਿੱਚ ਅਹਿੰਸਾ ਸੀ ਤੇ ਕਲਿੰਗ ਦੇ ਯੁੱਧ ਨੇ ਉਹਨੂੰ ਸਿਖਾਇਆ ਸੀ ਵੀ ਹਿੰਸਾ ਦੇ ਨਾਲ ਤੁਸੀਂ ਕੁਝ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਉਹਨੇ ਬੁੱਧ ਧਰਮ ਦਾ ਪ੍ਰਚਾਰ ਕੀਤਾ, ਉਹਨੇ ਧੰਮ ਦੀ ਸਥਾਪਨਾ ਕੀਤੀ। ਹੁਣ ਧੰਮ ਕੀ ਹੈ? ਧੰਮ ਜਿੱਦਾਂ ਬੁੱਧ ਧਰਮ ਹੈ ਉਸੇ ਤਰ੍ਹਾਂ ਅਸ਼ੋਕ ਨੇ ਬਹੁਤ ਬੜੇ ਚੰਗੇ ਚੰਗੇ ਜਿਹੜੇ ਉਹਨੂੰ ਅਸੂਲ ਲੱਗੇ ਬਾਕੀ ਧਰਮਾਂ ਦੀਆਂ ਚੰਗੀਆਂ ਗੱਲਾਂ, ਜਿਹਦੇ ਚੋਂ ਮੁੱਖ ਤੌਰ ਤੇ ਜਿਹੜੀਆਂ ਬੁੱਧ ਧਰਮ ਦੀਆਂ ਗੱਲਾਂ ਸਨ, ਉਹਨਾਂ ਨੂੰ ਇਕੱਠਾ ਕਰਕੇ ਉਹਨੇ ਇੱਕ ਧੰਮ ਦੀ ਰਚਨਾ ਕੀਤੀ ਤੇ ਲੋਕਾਂ ਨੂੰ ਉਹ ਧੰਮ ਜਿਹੜਾ ਸੀ ਪ੍ਰੇਰਿਤ ਕੀਤਾ ਕਿ ਲੋਕ ਉਸ ਧੰਮ ਦਾ ਹਿੱਸਾ ਬਣਨ। ਅਸ਼ੋਕ ਨੇ ਜਨ ਕਲਿਆਣ ਦੇ ਬੜੇ ਕੰਮ ਕੀਤੇ, ਲੋਕਾਂ ਲਈ ਹਸਪਤਾਲ ਬਣਾਏ, ਪਸ਼ੂਆਂ ਲਈ ਹਸਪਤਾਲ ਬਣਾਏ, ਪਸ਼ੂਆਂ ਦੇ ਸ਼ਿਕਾਰ ਤੇ ਰੋਕ ਲਾ ਦਿੱਤੀ। ਉਹਨੇ ਸਾਲ ਦੇ ਵਿੱਚ 56 ਦਿਨ ਇਹੋ ਜਿਹੇ ਅਨਾਊਂਸ ਕਰ ਦਿੱਤੇ ਵੀ ਇਹਨਾਂ 56 ਦਿਨਾਂ ਦੇ ਵਿੱਚ ਕਿਸੇ ਵੀ ਪਸ਼ੂ ਨੂੰ ਮਾਰਿਆ ਨਹੀਂ ਜਾਏਗਾ,
ਰਾਜ ਮਹਿਲ ਦੇ ਵਿੱਚ, ਰਾਜ ਦਰਬਾਰ ਦੇ ਵਿੱਚ ਕਿਤੇ ਵੀ ਮਾਸ ਨਹੀਂ ਖਾਧਾ ਜਾਏਗਾ। ਹੁਣ ਇਹਦੇ ਬਾਕੀ ਸਾਰੇ ਚੰਗੇ ਪ੍ਰਭਾਵ ਸਨ, ਚੰਗੇ ਕੰਮ ਕੀਤੇ, ਪਰ ਇਹਦੇ ਨਾਲ ਇੱਕ ਵੱਡਾ ਨੁਕਸਾਨ ਇਹ ਹੋਇਆ, ਜਿਹੜੀ ਸੈਨਾ ਕਮਜ਼ੋਰ ਹੋ ਗਈ। ਜਦੋਂ ਯੁੱਧ ਕਰਨਾ ਬੰਦ ਕਰ ਦਿੱਤਾ ਤੇ ਸੈਨਾ ਦੀ ਕੋਈ ਜ਼ਰੂਰਤ ਨਹੀਂ ਰਹੀ, ਸੈਨਾ ਖਾਲੀ ਬੈਠੀ ਰਹੀ। ਜਦੋਂ ਸੈਨਾ ਖਾਲੀ ਬੈਠੀ ਰਹੀ ਤੇ ਸੈਨਾ ਦੇ ਵਿੱਚ ਕਮਜ਼ੋਰੀਆਂ ਆ ਗਈਆਂ, ਤੇ ਇਸ ਤੋਂ ਇਲਾਵਾ ਜਿਹੜਾ ਸਾਮਰਾਜ ਦਾ ਵਿਸਥਾਰ ਹੋਇਆ, ਵਿਸਥਾਰ ਕਿਵੇਂ ਹੋਇਆ ਕਿ ਪਹਿਲਾਂ ਅਸ਼ੋਕ ਦੇ ਕੋਲ, ਅਸ਼ੋਕ ਨੇ ਆਪਣੇ ਜਿਹੜਾ ਖੇਤਰ ਸੀ ਉਹਨੂੰ ਚਾਰ ਹਿੱਸਿਆਂ 'ਚ ਵੰਡਿਆ ਸੀ। ਕਲਿੰਗ ਜਿਹੜਾ ਸੀ ਅਸ਼ੋਕ ਦਾ ਪੰਜਵਾਂ ਪ੍ਰਾਂਤ ਬਣ ਗਿਆ। ਇਹ ਜਿਹੜਾ ਅਸ਼ੋਕ ਨੂੰ ਇਸ ਚੀਜ਼ ਦਾ ਫਾਇਦਾ ਹੋਇਆ। ਹੁਣ ਜੇ ਅਸੀਂ ਗੱਲ ਕਰਦੇ ਹਾਂ ਅਸ਼ੋਕ ਦੇ ਧੰਮ ਦੀ, ਤੇ ਅਸ਼ੋਕ ਦੇ ਧੰਮ ਦੇ ਅਸੂਲ ਕੀ ਸਨ? ਬਿਲਕੁਲ ਸਿੰਪਲ ਸਨ, ਜਿਨ੍ਹਾਂ ਵਿੱਚੋਂ ਕਾਫੀ ਸਾਰੇ ਆਪਾਂ ਅੱਜ ਵੀ ਮੰਨਦੇ ਹਾਂ ਆਪਣੇ ਜੀਵਨ ਦੇ ਵਿੱਚ। ਪਹਿਲੀ ਚੀਜ਼, ਵੱਡਿਆਂ ਦਾ ਆਦਰ ਕਰੋ। ਦੂਸਰਾ, ਛੋਟਿਆਂ ਨਾਲ ਪਿਆਰ ਕਰੋ। ਤੀਸਰਾ, ਸਦਾ ਸੱਚ ਬੋਲੋ। ਚੌਥਾ, ਅਹਿੰਸਾ ਦਾ ਪਾਲਨ ਕਰੋ। ਪੰਜਵਾਂ, ਦਾਨ ਕਰਨਾ ਜਿਹੜੇ ਜ਼ਰੂਰਤਮੰਦਾਂ ਨੂੰ। ਉਸ ਤੋਂ ਬਾਅਦ ਪਵਿੱਤਰ ਜੀਵਨ ਜੀਣ ਤੇ ਜ਼ੋਰ ਦਿੱਤਾ ਗਿਆ। ਸੱਚੇ ਰੀਤੀ ਰਿਵਾਜ਼ਾਂ ਦੀ ਗੱਲ ਕੀਤੀ ਗਈ, ਉਹਨਾਂ ਰੀਤੀ ਰਿਵਾਜ਼ਾਂ ਦੀ ਜਿਨ੍ਹਾਂ ਵਿੱਚ ਅਹਿੰਸਾ ਹੋਵੇ, ਜਿਨ੍ਹਾਂ ਵਿੱਚ ਕੋਈ ਵਿਖਾਵਾ ਨਾ ਹੋਵੇ। ਇਸ ਤੋਂ ਬਾਅਦ ਅਸ਼ੋਕ ਨੇ ਉਪਦੇਸ਼ ਦਿੱਤਾ ਧਾਰਮਿਕ ਸਹਿਣਸ਼ੀਲਤਾ ਦਾ, ਕਿ ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਕਿਸੇ ਤੇ ਜ਼ੁਲਮ ਨਹੀਂ ਕਰਨੇ, ਤੇ ਇੱਕ ਕਰਮ ਸਿਧਾਂਤ ਦੀ ਗੱਲ ਕੀਤੀ ਗਈ। ਕਰਮ ਸਿਧਾਂਤ ਜਿਹੜਾ ਬੁੱਧ ਧਰਮ ਦਾ ਮੇਨ ਸਿਧਾਂਤ ਹੈ, ਕਿ ਜਿਹੜੇ ਕਿ ਜਿਹੜਾ ਮਨੁੱਖ ਹੈ ਉਹ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹਾ, ਜਿਹੜਾ ਅੱਜ ਦੁਖੀ ਹੈ ਉਹ ਆਪਣੇ ਪਿਛਲੇ ਜਨਮਾਂ ਕਰਕੇ ਦੁਖੀ ਹੈ, ਤੇ ਜੇ ਪਿਛਲੇ ਜਨਮ ਦੇ ਕੰਮਾਂ ਕਰਕੇ ਦੁਖੀ ਹੈ, ਜੇ ਅੱਜ ਉਹ ਮਾੜੇ ਕਰਮ ਕਰੇਗਾ ਤੇ ਉਹ ਅਗਲੇ ਜਨਮ ਦੇ ਵਿੱਚ ਵੀ ਦੁਖੀ ਰਹੇਗਾ। ਇਹ ਕਰਮ ਸਿਧਾਂਤ ਸੀ। ਲਗਭਗ ਜਿਹੜੇ ਸਾਰੇ ਸਿਧਾਂਤ ਨੇ ਅਸ਼ੋਕ ਨੇ ਬੁੱਧ ਧਰਮ ਤੋਂ ਜ਼ਿਆਦਾਤਰ ਸਿਧਾਂਤ ਲਏ ਸਨ, ਕੁਛ ਉਹਨੇ ਆਪਣੇ ਵੱਲੋਂ ਐਡ ਕੀਤੇ ਸਨ। ਇਹ ਸਨ ਅਸ਼ੋਕ ਦੇ ਧੰਮ ਦੇ ਸਿਧਾਂਤ। ਹੁਣ ਧੰਮ ਪ੍ਰਚਾਰ ਲਈ ਅਸ਼ੋਕ ਨੇ ਕੀ ਕੀਤਾ? ਸਾਨੂੰ ਕਈ ਵਾਰ ਤਿੰਨ ਨੰਬਰਾਂ ਦੇ ਵਿੱਚ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਅਸ਼ੋਕ ਨੇ ਧੰਮ ਪ੍ਰਚਾਰ ਲਈ ਕੀ ਕੀਤਾ? ਯਾਦ ਰੱਖਣਾ, ਉਹਨੇ ਆਪਣੇ ਨਿੱਜੀ ਜੀਵਨ ਦੇ ਉਦਾਹਰਣ ਦਿੱਤੇ। ਉਹਨੇ ਆਪਣੇ ਆਪ ਨੂੰ ਬੁੱਧ ਧਰਮ ਦੇ ਅਨੁਸਾਰ ਬਣਾਇਆ। ਉਹਨੇ ਜਿਹੜੇ ਲੋਕਾਂ ਨੂੰ ਨਿਯਮ ਦੱਸੇ ਸਨ ਉਹਨਾਂ ਦਾ ਪਾਲਨ ਕਰਨਾ ਸ਼ੁਰੂ ਕੀਤਾ। ਦੂਸਰੀ ਚੀਜ਼, ਉਹਨੇ ਧਾਰਮਿਕ ਯਾਤਰਾਵਾਂ ਕੀਤੀਆਂ। ਉਹ ਅਲੱਗ ਅਲੱਗ ਥਾਵਾਂ ਤੇ ਗਿਆ, ਲੋਕਾਂ ਦੇ ਨਾਲ ਮੇਲ ਜੋਲ ਕੀਤਾ, ਦੂਜੇ ਰਾਜਿਆਂ ਦੇ ਨਾਲ ਮਿਲਿਆ, ਉਹਨਾਂ ਨੂੰ ਪ੍ਰੇਰਿਤ ਕੀਤਾ। ਧਰਮ ਮਹਾਮਾਤਰਾ ਦੀ ਨਿਯੁਕਤੀ ਕੀਤੀ ਹੈ। ਧਰਮ ਮਹਾਮਾਤਰ ਕੌਣ ਨੇ? ਇਹ ਸਰਕਾਰੀ ਮੁਲਾਜ਼ਮ ਸਨ, ਸਰਕਾਰੀ ਅਫਸਰ ਸਨ। ਇਹਨਾਂ ਦੀ ਜਿਹੜੀ ਡਿਊਟੀ ਸੀ, ਅਲੱਗ ਅਲੱਗ ਥਾਵਾਂ ਤੇ ਜਾਣਾ, ਲੋਕਾਂ ਨੂੰ ਧੰਮ ਬਾਰੇ ਜਾਣਕਾਰੀ ਦੇਣੀ ਤੇ ਧੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ। ਤੇ ਚੌਥੀ ਚੀਜ਼ ਸੀ ਸ਼ਿਲਾ ਲੇਖ। ਅਸ਼ੋਕ ਨੇ ਬੜੇ ਸਾਰੇ ਸ਼ਿਲਾ ਲੇਖ ਲਿਖਵਾਏ। ਸ਼ਿਲਾ ਜਿਹੜਾ ਸ਼ਬਦ ਹੈ, ਸ਼ਿਲਾ ਦਾ ਮਤਲਬ ਹੁੰਦਾ ਪੱਥਰ, ਤੇ ਲੇਖ ਦਾ ਮਤਲਬ ਉਹਦੇ ਉੱਤੇ ਲਿਖਿਆ ਹੋਇਆ। ਅਸ਼ੋਕ ਨੇ ਅਲੱਗ ਅਲੱਗ ਥਾਵਾਂ ਤੇ ਸ਼ਿਲਾ ਲੇਖ ਲਿਖਵਾਏ, ਉਹਨਾਂ ਤੇ ਚੰਗੀਆਂ ਚੰਗੀਆਂ ਗੱਲਾਂ ਲਿਖਾਈਆਂ ਤਾਂ ਕਿ ਲੋਕ ਉਹਨਾਂ ਤੋਂ ਪ੍ਰੇਰਿਤ ਹੋਣ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਉਮੀਦ ਹੈ ਇੱਥੋਂ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਜੇਕਰ ਕਿਸੇ ਪ੍ਰਕਾਰ ਦਾ ਕੋਈ ਕਨਫਿਊਜ਼ਨ ਹੋਵੇ ਤੇ ਤੁਸੀਂ ਕਮੈਂਟ ਕਰ ਸਕਦੇ ਹੋ। ਅਗਲਾ ਪਾਰਟ ਲੈ ਕੇ ਜਲਦੀ ਮਿਲਦੇ ਹਾਂ, ਇੱਕ ਦੋ ਦਿਨ ਦੇ ਵਿੱਚ। ਆਗਿਆ ਦਿਓ, ਬਹੁਤ ਬਹੁਤ ਧੰਨਵਾਦ।